ਮਾਨਸਾ ਵਿੱਚ ਵਿਜੀਲੈਂਸ ਮੋਨੀਟਰਿੰਗ ਕਮੇਟੀ ਦੀ ਬੈਠਕ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਜ਼ਿਲ੍ਹੇ ਦੇ ਸਾਰੇ ਅਧਿਕਾਰੀ ਅਤੇ ਕਮੇਟੀ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਇਸ ਮੀਟਿੰਗ ਵਿੱਚ ਕੇਂਦਰੀ ਫੰਡ ਤੋਂ ਹੋਏ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ ਗਿਆ, ਜਿਸ ਵਿੱਚ ਅਧਿਕਾਰੀਆਂ ਨੂੰ ਜਿੱਥੇ ਜ਼ਰੂਰੀ ਨਿਰਦੇਸ਼ ਦਿੱਤੇ ਗਏ ਉੱਥੇ ਹੀ ਵਿਕਾਸ ਕਾਰਜਾਂ ਵਿੱਚ ਕਮੀਆਂ ਦੇ ਕਾਰਨ ਅਧਿਕਾਰੀਆਂ ਨੂੰ ਹਦਾਇਤ ਵੀ ਦਿੱਤੀ ਗਈ। ਰੌਲਾ ਕਿੱਥੇ ਨਹੀਂ ਪਿਆ ਹੈਗਾ? ਹੁਣ ਮੁਲਾਜ਼ਮਾਂ ਦੀ ਤਨਖਾਹ ਨਹੀਂ ਮਿਲੀ, ਉੱਥੇ ਰੌਲਾ। ਗਰੀਬਾਂ ਨੂੰ ਇੱਕ ਪਾਸੇ ਧਰਨੇ ਮਾਰਦੇ ਨੇ ਦਲਿਤਾਂ ਵਾਸਤੇ, ਲੇਕਿਨ ਦਲਿਤਾਂ ਦੇ ਆਟੇ ਦਾਲ ਦੇ ਕਾਰਡ ਕੱਟੇ ਹੋਏ ਨੇ, ਉਹਨਾਂ ਦੇ ਸ਼ਗਨ ਸਾਲ ਸਾਲ ਭਰ ਤੋਂ ਨਹੀਂ ਮਿਲੇ ਉਹਨਾਂ ਦੇ ਵਾਸਤੇ। ਇਹੋ ਜਿਹੇ ਵਿੱਤ ਮੰਤਰੀ ਸਾਹਿਬ ਹੋਣ ਜਾਂ ਕਾਂਗਰਸੀ ਹੋਣ, ਉਹਨਾਂ ਦਾ ਪਰਿਵਾਰ ਇਹੋ ਜਿਹੀ ਸ਼ਬਦਾਲੀ ਉਹਨਾਂ ਦੇ ਰੰਗ ਰੂਪ ਬਾਰੇ, ਤੋ ਕਿਸਾਨ ਉਹ ਆਤਮ ਹੱਤਿਆ ਕਰ ਰਿਹਾ ਹੈ। ਹੁਣ ਦੇਖੋ ਜਿਹੜੇ ਅੱਜ ਕੈਪਟਨ ਸਾਹਿਬ ਨੇ ਰੱਖਿਆ ਉੱਥੇ ਵੰਡਣ ਵਾਸਤੇ, ਤਾਂ ਮੁੱਖ ਮੰਤਰੀ ਖੁਦ ਹੀ ਨਹੀਂ ਪਹੁੰਚਿਆ। ਕਿੰਨੇ ਨੌਨ ਸੀਰੀਅਸ ਹੋਣਗੇ ਜਿਹੜੇ ਘਰ ਘਰ 'ਚ ਹਰੇਕ ਦਾ ਕਰਜ਼ਾ ਮਾਫ਼ ਕਰਨ ਦੀ ਗੱਲ ਕਰਦੇ ਸੀਗੇ। ਸੋ ਅੱਜ ਕਿਹੜਾ ਦਬਕਾ ਹੈਗਾ? ਭਾਵੇਂ ਉਹ ਗਰੀਬ ਹੋਏ, ਭਾਵੇਂ ਉਹ ਦਲਿਤ ਹੋਏ, ਭਾਵੇਂ ਉਹ ਕਿਸਾਨ ਹੋਏ, ਭਾਵੇਂ ਘਰ ਘਰ ਦੇ ਨੌਕਰੀ ਦੀ ਆਸ 'ਚ ਨੌਜਵਾਨ ਹੋਏ ਜਾਂ ਫਿਰ ਮੁਲਾਜ਼ਮ ਹੋਏ, ਅੱਜ ਪੁਲਿਸ ਵੀ ਆਪਸ 'ਚ ਲੜੀ ਜਾ ਰਹੀ ਹੈ ਇੱਕ ਦੂਜੇ 'ਚ। ਜਿਹੜੇ ਗੁਟਕਾ ਸਾਹਿਬ ਦੀ ਸੌ ਖਾਧੇ ਸੀ ਚਾਰ ਹਫ਼ਤਿਆਂ 'ਚ, ਨਸ਼ੇ ਖਤਮ ਕਰ ਦਾਂਗੇ, ਅੱਜ ਵੱਡੇ ਵੱਡੇ ਪੁਲਿਸ ਅਫਸਰਾਂ ਦੇ ਨਾਂ ਇੱਕ ਦੂਜੇ ਨੂੰ ਇਲਜ਼ਾਮ ਪਾ ਰਹੇ ਨੇ। ਉਹਨਾਂ ਦੀ ਜਾਂਚ ਕਰਨ ਦੇ ਸਿਵਾਏ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਚੁੱਪ ਕਰਕੇ ਡਿਸਿਪਲਿਨ 'ਚ ਰਹੋ। ਸੋ ਉਹ ਕਿਹੜਾ ਤਬਕਾ? ਹੁਣ ਕਾਂਗਰਸੀ ਇੱਕ ਦੂਜੇ ਨਾਲ ਦੁਖੀ ਹੋ ਰਹੇ ਨੇ, ਇਹ ਤਾਂ ਪੁਰਾਣੀ ਗੱਲ ਹੈ ਕਿ ਕਾਂਗਰਸੀ ਤਾਂ ਸਾਰੇ ਦੁਖੀ ਨੇ, ਜਿਹੜੇ ਚਾਰ ਮੰਤਰੀ ਬੈਠੇ ਨੇ ਉਹ ਖੁਸ਼ ਨੇ, ਬਾਕੀ ਸਾਰੇ ਤਾਂ ਦੁਖੀ ਨੇ, ਉਹ ਮੰਤਰੀ ਵੀ ਮੁੱਖ ਮੰਤਰੀ ਤੋਂ ਦੁਖੀ ਨੇ।